ਉਹਨਾਂ ਨੂੰ ਸ਼ਿਫਾ ਔਰ ਤਵੀਲ ਜ਼ਿੰਦਗੀ ਅਤਾ ਫਰਮਾਵੇ। ਅਤੇ ਅਗਲੀ ਦੁਆ ਜਿਹੜੀ ਹੈ ਉਹ ਮੈਂ ਇਸ ਤਰੀਕੇ ਦੇ ਨਾਲ ਹੀ ਮੰਗਸਾਂ ਕਿ ਉਹਨਾਂ ਆਖਿਆ ਕਿ ਨਹੀਂ ਦੁਆ ਮੰਗੋ, ਦੁਆ ਜ਼ਰੂਰ ਮੰਗਦਾ ਲੇਕਿਨ ਇਸ ਤਰੀਕੇ ਦੇ ਨਾਲ ਕਿ ਅਗਰ ਮੇਰੇ ਵਾਰਿਸ ਨੂੰ, ਮੌਜੂਦ ਵਾਰਿਸ ਨੂੰ ਮਨਜ਼ੂਰ ਹੈ ਤਾਂ ਫਿਰ ਮੈਂ ਸ਼ਰਾ ਇੱਥੇ ਪੜ੍ਹਨਾ। ਮੋਮਨਾ ਜੀ ਆਖਿਆ ਦੁਆ ਮੰਗੋ ਅਤੇ ਵਾਅਦਾ ਕਰੋ ਮੈਂਬਰ 'ਤੇ, ਜ਼ਿੰਦਗੀ ਦਾ ਪਤਾ ਨਹੀਂ ਹਕੀਕਤ। ਅਗਰ ਜ਼ਿੰਦਗੀ ਵਫਾ ਕੀਤੀ ਤਾਂ ਮੇਰੇ ਬਾਦਸ਼ਾਹ ਨੇ ਚਾਹਿਆ, ਉਹਨਾਂ ਮੇਰੀ ਡਿਊਟੀ ਲਾ ਦਿੱਤੀ ਅਤੇ ਹਲਾਲੀ ਨੌਕਰਨ ਮੈਂ ਨੌਕਰੀ ਹਲਾਲੀਆਂ ਵਾਂਗ ਜ਼ਰੂਰ ਦੇਸਾਂ। ਦੁਆਵਾਂ ਦੀ ਕਬੂਲੀਅਤ ਵਾਸਤੇ ਸਲਵਾਤ ਸਾਰੇ ਪੜ੍ਹੋ। ਬੇਟਾ ਭਰਾ ਤਾਂ ਮਿਲ ਗਿਆ, ਐਡੀ ਵੱਡੀ ਮੰਨਤ ਹੈ ਅਤੇ ਕੋਈ ਭਰਾ ਮਿਲਣਾ ਹੈ। ਹਾਂਜੀ, ਅਤੇ ਦੇਵਣਾ ਵੀ ਬਾਬੁਲ ਹਵਾਏ ਜੇ ਅਲੀ ਅਸਗਰ ਨੇ ਆਪ ਹੈ। ਅਗਲੇ ਸਾਲ ਤੁਸਾਂ ਆਪਣੇ ਭਰਾ ਨੂੰ ਚਾਹ ਕੇ ਇੱਥੇ ਆਸੋ, ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਠੀਕ ਹੈ, ਮੈਂ 2 ਸਤਰਾਂ ਜ਼ਹਿਨ ਜ਼ਿਹਨਾਂ ਵਾਸਤੇ, ਚੂੰਕਿ ਇਹ ਜ਼ਰੂਰੀ ਹੈ। ਡਾਕਟਰ ਸਾਹਿਬ ਜਨਾਬੇ ਹਾਸ਼ਿਮ ਦਾ ਨਾਮ ਹਾਸ਼ਿਮ ਨਹੀਂ, ਜਿੱਥੋਂ ਤੱਕ ਮੇਰੀ ਤਹਿਕੀਕ ਹੈ। ਠੀਕ ਹੈ, ਗੱਲ ਤਾਂ ਉਹ ਬੰਦਾ ਕਰਨ ਕਿ ਜਿਹੜੀ ਆਪਣੀ ਤਹਿਕੀਕ ਹੋਵੇ। ਸਰਕਾਰ ਦਾ ਨਾਮ ਹੈ ਅਮਰੁਲ ਉਲਾਹ। ਮੇਰੀ ਭੈਣ ਮੇਰੀ ਦੁਆ ਹੈ, ਤੂੰ ਮੇਰੀ ਭੈਣ ਹੈ ਮੇਰੀ ਧੀ ਹੈ, ਕਿ ਇਨਸ਼ਾਅੱਲਾ 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 ਬਾਬੁਲ ਹਵਾਇਜ ਅਲੀ ਅਸਗਰ ਦੀ ਇੱਜ਼ਤਦਾਰ ਅੰਮਾ ਤੇ ਕੋ ਬੇਟਾ ਦੇਸੀ ਤੇ ਇਨਸ਼ਾਅੱਲਾ ਤੂੰ ਬੇਟੇ ਦੇ ਨਾਲ ਅਲਮ ਚਾਹ ਕੇ ਆਸੀ ਇਨਸ਼ਾਅੱਲਾ। ਅਮਰੁਲ ਉਲਾਹ ਸਰਕਾਰ ਦਾ ਨਾਮ ਹੈ। ਅਮਰੁਲ ਉਲਾਹ ਹਸ਼ਮ ਸਰੀ ਦਲ ਲੇ ਕੌਮ ਹੀ, ਸਰੀਦ ਪਤਾ ਕਿਸ ਨੂੰ ਆਦਿਨ ਅਰਬੀ ਜ਼ਬਾਨ ਵਿੱਚ, ਇਹ ਗੋਸ਼ਤ ਨਹੀਂ ਹੁੰਦਾ ਗੋਸ਼ਤ, ਇਹਦੇ ਵਿੱਚ ਰੋਟੀ ਨੂੰ ਮਿਲਾ ਕੇ ਟੁਕੜੇ, ਤੁਸੀਂ ਪਤਾ ਨਹੀਂ ਕਿਹਾ ਦਿਓ ਸੋਬਤ, ਸੋਬਤ ਹਾਂ ਚਲੋ ਸਾਡੀ ਜ਼ਬਾਨ 'ਚ ਹੋ ਗਿਆ ਸੋਬਤ, ਅਰਬੀ 'ਚ ਆ ਦਿਨ ਸਰੀਦ, ਅਰਬ 'ਚ ਕਹਿਤ ਆਇਆ ਨਾ, ਲਓ ਲੁਤਫ ਲੈਣਾ, ਅਰਬ 'ਚ ਕਹਿਤ ਆਇਆ ਨਾ ਬਾਬਾ ਜੀ, ਲੋਕ ਭੁੱਖੇ ਮਰਨ ਲੱਗ ਪਏ,
ਤੇ ਜਨਾਬ ਅਮਰੁਲ ਉਲਾਹ ਨੇ, ਜਨਾਬ ਹਾਸ਼ਿਮ ਨੇ ਪੂਰੇ ਅਰਬ ਵਿੱਚ ਤੇਜ਼ ਰਫਤਾਰ ਘੋੜੇ ਨੌਕਰਾਂ ਨੂੰ ਦੇਖ ਕੇ ਤੇ ਐਲਾਨ ਕਰਵਾ ਦਿੱਤਾ ਕਿ 3 ਦਿਨ ਪੂਰਾ ਅਰਬ ਮੇਰੇ ਦਸਤਰਖਾਨ ਤੇ ਆ ਕੇ ਲੰਗਰ ਖਾਵੇ, ਰੋਟੀ ਨਹੀਂ। ਤਾਰੀਖ ਨੇ ਲੰਗਰ ਦੇ ਜੁਮਲੇ ਲਿਖੇ, ਲੰਗਰ ਖਾਵੇ, ਖਾਵੇ ਵੀ ਸਹੀ ਤੇ ਜਿਤਨਾ ਦਿਲ ਕਰੇ ਨਾਲ ਲੈ ਕੇ ਜਾਵੇ। ਮੈਂ ਤਾਰੀਖ 'ਚ ਪੜ੍ਹਿਆ ਪਹਿਲੇ ਦਿਨ 500 ਉੱਠ ਜ਼ਿਬਾ ਹੋਇਆ, ਔਰਤਾਂ ਨੂੰ ਹੁਕਮ ਦਿੱਤਾ ਕਿ ਸਾਰਾ ਗੋਸ਼ਤ ਰੋਟੀ ਵਿੱਚ ਮਿਲਾ ਕੇ ਖੂਬਸੂਰਤ ਲੰਗਰ ਤਿਆਰ ਕਰਕੇ ਖਾਓ ਵੀ, ਲੋਕ ਖਾਵਣ ਵੀ ਤੇ ਲੈ ਕੇ ਵੀ ਜਾਵਣ। ਤੇ ਜਿਹੜਾ ਅਗਲਾ ਜੁਮਲਾ ਜਨਾਬ ਹਾਸ਼ਿਮ ਫਰਮਾਏ, ਉਹਨਾਂ ਫਰਮਾਇਆ, ਅਰਬ ਵਾਲਿਓ ਤੁਹਾਡੀ ਜ਼ਿੰਦਗੀ ਮੁੱਕ ਸਕਦੀ ਹੈ, ਹਾਸ਼ਿਮ ਦਾ ਲੰਗਰ ਨਹੀਂ ਮੁੱਕ ਸਕਦਾ। ਤੁਹਾਡੀ ਜ਼ਿੰਦਗੀ ਮੁੱਕ ਸਕਦੀ ਹੈ, ਖਤਮ ਹੋ ਸਕਦੀ ਹੈ, ਹਾਸ਼ਿਮ ਦਾ ਲੰਗਰ ਨਹੀਂ ਖਤਮ ਹੋ ਸਕਦਾ। ਅਮਰੁਲ ਉਲਾ ਹਸ਼ਮ ਸਰੀਦ ਅਲੇ ਕੌਮ ਹੀ। ਠੀਕ ਹੈ, ਹੁਣ ਇੱਕ ਲਫ਼ਜ਼ ਇਹ ਮੈਂ ਗੱਲਾਂ ਤਾਂ ਕੀਤੀਆਂ ਕਿ ਲਫ਼ਜ਼ ਸਰੀਦ ਇਜ਼ੇ ਨਿਚਾਦ ਹੈ, ਨਿਜ਼ਾਮੇ ਰੱਬੇ ਉਲਾ ਬਿਲਕੁਲ ਸਰੀਦ ਹੋ ਜਾਤਾ, ਖੁਦਾ ਕਾ ਦੀਨ ਵੀ ਦੁੱਖੋਂ ਕੀ ਈਦ ਹੋ ਜਾਤਾ, ਅਗਰ ਜਹਾਂ ਮੇ ਨਾ ਹੋਤੇ ਹੁਸੈਨ ਇਬਨੇ ਅਲੀ, ਏਜਾਜ਼ ਸਾਰਾ ਜ਼ਮਾਨਾ ਯਜ਼ੀਦ ਹੋ ਜਾਤਾ। ਹੱਥ ਬੁਲੰਦ ਕਰਕੇ ਹਾਇਦਾਰੀ, ਗਮੇ ਹੁਸੈਨ ਕਹਾਂ ਔਰ ਕਹਾਂ ਮੇਰੀ ਆਖੀ, ਰੋਮਨ ਦੇ ਆਇਆ ਮੈਨਾ, ਗਮੇ ਹੁਸੈਨ ਕਹਾਂ ਔਰ ਕਹਾਂ ਮੇਰੀ ਆਖੇ, ਅਲੀ ਕੀ ਬੇਟੀ ਯੇ ਆਂਸੂ ਤੇਰੀ ਦੁਆ ਸੇ ਹੈ। ਖਾਲਿਕ ਨੇ ਕਰ ਦਿਆ ਹੈ ਅਤਾ ਗਮ ਹੁਸੈਨ ਕਾ, ਖਾਲਿਕ ਨੇ ਕਰ ਦਿਆ ਹੈ ਅਤਾ ਗਮ ਹੁਸੈਨ ਕਾ, ਫਰਸ਼ ਅਜ਼ਾਓ ਨੋਹਾਓ ਮਾਤਮ ਹੁਸੈਨ ਕਾ, ਕਿ ਇਸ ਅਰਸਾ ਹਯਾਤ ਮੇ ਇੱਕ ਬਾਰ ਸ਼ੁਕਰ ਹੈ, ਹਮ ਫਿਰ ਮਨਾ ਰਹੇ ਹੈ ਮੁਹਰਮ ਹੁਸੈਨ ਕਾ। ਅਗਰ ਨਾਰਾਜ਼ ਨਾ ਹੋਵੋ ਜਿਹੜੇ ਸੈਯਦ ਹੋ, ਮੈਂ ਇੱਕ 2 ਸਤਰਾਂ ਭੇਜਾਂ, ਇਜਾਜ਼ਤ ਦਿੰਦੇ ਹੋ? ਜਿਤਨੇ ਅਦਾਦਾਰ ਬੈਠੇ ਹੋ, ਮੁਰਸ਼ਦ ਮੈਂ ਪੂਰੀ ਤਵੱਜੋ ਚਾਹਨਾ। ਆਲੀਆ ਬੀਬੀ ਕੇ, ਆਲੀਆ ਬੀਬੀ ਕੇ ਹਾਥੋਂ ਪੇ ਨਿਸ਼ਾਨ ਰੱਸੀ ਕੇ ਨਹੀਂ, ਆਲੀਆ ਬੀਬੀ ਕੇ ਹਾਥੋਂ ਪੇ ਨਿਸ਼ਾਨ ਰੱਸੀ ਕੇ ਨਹੀਂ, ਲਾਫਤਾ ਇਲ ਸਹਿਲਾ ਕਾਸਮ ਦਾ ਦੀਨ ਦੀ ਪਾਕ ਬਹਾਰ, ਸਹਿਰਾ ਕਾਸਮ ਦਾ ਹੇ ਸੈਯਦਾ ਦਾ ਪਿਆਰ, ਸਹਿਰਾ ਕਾਸਮ ਦਾ ਦੀਨ ਦੀ ਪਾਕ ਬਹਾਰ, ਸਹਿਰਾ ਕਾਸਮ ਦਾ ਅੱਲਾਹੁ ਅਕਬਰ, ਦੀਨ ਦੀ ਪਾਕ ਬਹਾਰ ਸਹਿਰਾ ਕਾਸਿਮ ਦਾ ਇੰਤਹਾਈ ਤਵੱਜੋ ਚਾਹਨਾ।
اللہ دے حکم دے نال سہرا تیار کیویں ہوئے؟ پوری توجہ چاہنا، اللہ جناب جبرائیل نو حکم دیتا، جل لتا دے پھول سلیقے نال لالا کے چھوڑ عرشا کو تے جلدی فرش تے جا کے، ہائے ہائے ہائے، اللہ اکبر، توجہ چاہنا، جل لتا دے پھول سلیقے نال لالا کے جلدی فرش تے جا کے، جبرائیل سوار سہرا قاسم دا، بولو، پہلے دسیا نا، عظمت سنو، پہلے عظمت سنو، اچا بولو حیدری، جبرائیل سوار سہرا قاسم دا، کیوں چمڑے خود کرار سہرا قاسم دا، بولو، ہر ہفتے واجہ بے ہون میڈو دیکھے، تیرے ذہن دیاں دور بین نگاہاں اجاز جھنوی دے کلم تیرا وین، میں مظلوم دا ذاکرہ ہوں، ہاتھ جوڑ کے دعا پیا کردہ، وستے رہو تے منت پیا کردہ ہوں، علی قاسم دا سیرا کیڑا سونا ہاں، کی میں بنے ہیں اس کیا ہائی توجہ چانا، ہر لڑی وچ مصطفی نور بھریا ہے، تے ستارے دی جگہ قرآن جڑیا ہے، ہاتھ بلند کرو، اللہ اکبر، اوئے ہوئے 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 ہوئے، اللہ اکبر، اللہ بھام وستے رہو، توجہ چاہنا، ہر لڑی وچ مصطفی نور بھریا ہے، تے ستارے دی جگہ قرآن جڑیا ہے، انج ہویا تیار سہرا قاسم دا، سن کے نارا مار سہرا قاسم دا، اچا بولو حیدری، وارث قبول فرماوین، وارث قبول فرماوین، میں جڑے ہون شیر پڑھن لگا، میں نو وارث دی قسم ہے، وارث موجود ہے، میں نو اس وارث دی قسم ہے، یہ میں آگ سکدا کہ میرے مرشد پاک دی جتی دا صدقہ، یہ میں نو اس سے وارث آپ عطا کیتے، ٹھیک ہے، میں انتہائی توجہ چاہنا، انتہائی توجہ چاہنا، آؤ میڈو دکھائے، انتہائی توجہ چاہنا، پاک بی بی آلیہ نے میں دلائی ہے، چم کے مونالین فیضا نے پوائی ہے، دو میں ہاتھ بلند کر کے حیدری، آہا اللہ اکبر، آؤ میری گلہ دا وزن کرنے، حسرتوں دیئے ماں دی پتر میں دی جو لے سی، سہرا پہ سی وط رواج کے آئے، جڑا گھر دا وڈا ہوئے جے سیرا چاہ کے کھڑے ہوں دن، جے او دور ہوئے تا انتظار کرے دن، او آوے تے سیرا پواوے، چلو میں ایتھے لمبی گل نہ کرا، شاہ جی تُو سید ہے، میں نو اجازہ دے سو، میں تواری کنیز دا پترا، میں بڑا عقیدے والا بندہ، بابا جی میں نے امام زمانہ دی موجودگی دی قسم، میں دور کھڑ کے روندا پیا حسین، سید کلمار کیا دے عباس، میں دھی دا پیواں،
ਤਿਆਰੀ ਕਰਦੇ ਆਓ, ਤਿਆਰੀ ਕਰਦੇ ਆਓ। ਮੈਂ ਤਾਂ ਧੀ ਵਾਲਾ ਹਾਂ ਨਾ, ਮੈਂ ਤਾਂ ਧੀ ਵਾਲਾ। ਚਲੋ ਸੇਰਾ ਤਾਂ ਫੁੱਫੀ ਚ ਪਵਾਇਸ ਇਕੁਆਖ, ਉਹ ਤੇਰਾ ਮਜ਼ਲੂਮ ਚਾਚਾ ਪਿਆਦਾ ਸੇਰਾ ਤਾਂ ਪਾਏ ਜ਼ਰਾ ਟੁਰ ਕੇ ਵਿਖਾ। ਜ਼ਾਕਰ ਗਰ ਲੋਗੋ ਮੇਰੀ ਗੱਲ ਦਾ ਵਜ਼ਨ ਕਰਨੇ ਤੁਰਿਆ। ਬਾਬਾ ਜੀ ਮੈਨੂੰ ਇਮਾਮੇ ਜ਼ਮਾਨਾ ਦੀ ਕਸਮ, ਦੋ ਚਾਰ ਕਦਮ ਚਾਇਸ ਤਾਂ ਕੋਹਰਾਮ ਮਚ ਗਏ। ਚਾਰ ਸਾਲ ਦੀ ਮਾਸੂਮਾ ਮਦੀਨੇ ਤੋਂ ਮੂੰਹ ਕਰਕੇ ਆਦੀ ਹੈ ਬਿਮਾਰ, ਉਹ 7 ਸਾਲਾਂ ਦੀ ਬੁੱਢੜੀ ਆ ਕਾਸਿਮ ਸਿਹਰੇ ਪਾਈ ਖੜੇ। ਹੁਣ ਇਹ ਮੌਜਦਾ ਵੇਖਣਾ ਮੇਰੀ ਸਹਿਣ ਦਾ, ਮੈਨੂੰ ਮੌਲਾ ਦੀ ਕਸਮ ਹੈ, ਮੈਨੂੰ ਮੌਲਾ ਦੀ ਕਸਮ ਹੈ, ਦੋ ਚਾਰ ਕਦਮ ਚਾਇਸ ਤੇ ਅੱਬਾਸ ਨੂੰ ਸੀਨੇ ਦੇ ਨਾਲ ਲਾ ਕੇ ਹੁਸੈਨ ਗੱਲ ਕਿਹੜੀ ਯਾਦ ਹੈ। ਪਾਕ ਸਿਹਰਾ ਦੀਨ ਦਾ ਨੂਰੀ ਚਮਨ ਟੁਰਿਆ ਏ, ਮੈਂ ਕੋ ਲੱਗਦਾ ਹੈ ਜਿਵੇਂ ਭਾਈ ਹਸਨ ਟੁਰਿਆ ਏ। ਅੱਛਾ ਮੈਂ ਫਿਰ ਪੜ੍ਹ ਦੇਣਾ, ਪੜ੍ਹ ਦੇਣਾ। ਪਾਕ ਸਿਹਰਾ ਦੀਨ ਦਾ ਨੂਰੀ ਚਮਨ ਟੁਰਿਆ ਏ, ਮੈਂ ਕੋ ਲੱਗਦਾ ਹੈ ਜਿਵੇਂ ਭਾਈ ਹਸਨ ਟੁਰਿਆ ਏ। ਬਿਸਮਿਲਾ ਬਿਸਮਿਲਾ, ਅੱਲਾ ਭਾਵੇਂ ਵਸਦੇ ਰਹੋ, ਦਿਲ ਮੈਂ ਗੱਲ ਹੋਰ ਕਰ ਹੀ ਦਿਆ, ਸ਼ੁਰੂ ਜੋ ਹੋ ਗਿਆ ਹੈ ਗੱਲ ਕਰ ਦੇਣਾ। ਇੰਤਹਾਈ ਤਵੱਜੋ ਚਾਹਨਾ, ਸਿਰੇ ਤੁਸਾਂ ਵੀ ਲੈਂਦੇ ਹੋ, ਪੁੱਤਰ ਨਸੀਬ ਹੋਵਣੇ, ਮੇਰੀਆਂ ਭੈਣਾਂ ਭਰਾ ਨਸੀਬ ਹੋਵਣੇ, ਜਿਨ੍ਹਾਂ ਦੀਆਂ ਝੋਲੀਆਂ ਖਾਲੀ ਹਨ, ਪੁੱਤਰਾਂ ਦੇ ਮੂੰਹ ਚੁੰਮੋ, ਮਾਤਮੀ ਪੈਦਾ ਹੋਵੇ ਨ, ਉਹਨਾਂ ਨੂੰ ਸਿਹਰੇ ਪਾਓ ਤੇ ਇਹ ਘਰ ਵਸਦਾ ਰਵੇ। ਡਾਕਟਰ ਸਾਹਿਬ ਮੇਰੀ ਦੁਆ ਹੈ, ਪੁੱਤਰਾਂ ਨੂੰ ਆਪ ਸਿਹਰੇ ਪਾਓ ਤੇ ਪੁੱਤਰਾਂ ਦੀਆਂ ਖੁਸ਼ੀਆਂ ਵੇਖੋ, ਮੁਕੱਦਰ ਹਾ ਇਮਾਮੇ ਹਸਨ ਦਾ, ਜਿਹੜਾ ਟੁਰਦੇ ਫਿਰਾ ਨੂੰ ਆਦਾ ਹੀ ਮੇਰੇ ਲਾਲ ਦਾ ਖਿਆਲ ਕਰੇ, ਤੇ ਹੁਸੈਨ ਆਦਾ ਹੀ ਦੋ ਮੁਹਰਮ ਨੂੰ ਨਾ ਸਕੇ, ਤਰਾਏ ਨੂੰ ਨਾ ਆ ਸਕੇ, ਚਾਰ ਨੂੰ ਨਾਵੇਂ, ਲੇਕਿਨ ਮੈਂ ਤੇਰਾ ਛੋਟਾ ਭਰਾ ਹਾਂ, ਮੈਂ ਮਿੰਨਤ ਕਰੇ ਨਾ ਡਹਵੀ ਰਾਤ ਆਵੇ, ਉਹ ਆਪਣੇ ਪੁੱਤਰ ਦੇ ਸ਼ਗਨਾਂ 'ਚ ਸ਼ਾਮਿਲ। ਅੱਲਾ ਭਾਵੇਂ ਵਸਦੇ ਰਹੋ, ਜਿਹੜੇ ਵੇਲੇ ਸਿਹਰਾ ਲਾਏ ਇਸ ਸਿਹਰੇ ਦੇ ਵਿੱਚੋਂ ਕਿਆ ਨਜ਼ਰ ਆਏ, ਮੈਂ ਤਵੱਜੋ ਚਾਹਨਾ। ਸ਼ਰਮ ਗੈਰਤ ਦਾ ਹਸੀ ਪੈਗਾਮ ਦਿਸਦਾ ਹੈ, ਈਦ ਸਿਹਰੇ ਦੇ ਵਿੱਚੋਂ ਇਸਲਾਮ ਦਿਸਦਾ ਹੈ। ਅੱਲਾਹ ਅਕਬਰ ਅੱਲਾਹ ਅਕਬਰ। ਅੱਲਾ ਭਾਵੇਂ ਵਸਦੇ ਰਹੋ, ਆਓ ਚੰਦ ਗੱਲਾਂ ਤੇ ਗੌਰ ਕਰਨਾ ਹੈ, ਗੱਲ ਮੈਂ ਲੰਬੀ ਨਹੀਂ ਕਰਨੀ, ਮੇਰੀ ਗੱਲ ਦੇ ਨਾਲ ਨਾਲ ਆ। ਓਏ ਹੋਏ ਹੋਏ, ਸਾਰੀ ਰਾਤ ਮਾਂ ਦਾ ਹੁਕਮ ਆਸਣਾ, ਮਾਂ ਕੇ ਲਾਲ ਮੈਂ ਸ਼ਹੀਦ ਦੀ ਮਾਂ ਸਭ ਤੋਂ ਪਹਿਲਾਂ ਬਣਨਾ ਚਾਹੁੰਦੀ ਹਾਂ। ਲਓ ਜੀ ਇੱਕ ਇੱਕ ਲਫ਼ਜ਼ ਤੇ ਹੁਣ ਗੌਰ ਕਰਨਾ, ਲਾਲ ਸਭ ਤੋਂ ਪਹਿਲੇ ਸ਼ਹੀਦ ਦੀ ਮਾਂ ਮੈਂ ਬਣਨਾ ਚਾਹੁੰਦੀ ਹਾਂ। ਮੈਨੂੰ ਤੇਰੇ ਬਾਬੇ ਦੀ ਸ਼ਰਾਫਤ ਦੀ ਕਸਮ ਹੈ, ਮੈਂ ਤੈਨੂੰ ਇਸ ਡੀਹ ਵਾਸਤੇ ਪਲੇਂਦੀ ਰਹੀ ਹਾਂ, ਮੈਂ ਤੈਨੂੰ ਮਾਂ ਬਣ ਕੇ ਨਹੀਂ, ਮੈਂ ਤੈਨੂੰ ਮਾਂ ਬਣ ਕੇ ਨਹੀਂ ਪਿਓ ਬਣ ਕੇ ਪਾਲਿਆ। ਅੰਮਾ ਆਖਣਾ ਕਿਆ ਚਾਹੁੰਦੀ ਹੈ, ਮੈਂ ਸ਼ਹੀਦ ਦੀ ਮਾਂ ਬਣਨਾ ਚਾਹੁੰਦੀ ਹਾਂ, ਪਾਰਾ ਦੇਂਦਾ ਰਹੋ ਅਤੇ ਚਾਚੇ ਕੋਲੋਂ ਇਜਾਜ਼ਤ ਮੰਗਦਾ ਰਹੋ। ਸੁਬਾਹ ਹੋ ਗਈ, ਤਵੱਜੋ, ਸੁਬਾਹ ਹੋ ਗਈ। ਅੰਮਾ ਜਨਾਬ ਫਿਜ਼ਾ ਹੱਥ ਜੋੜੇ ਨੇ, ਜੀ ਸੈਂ ਪਤਾ ਕਰ, ਅਜੇ ਤੱਕ ਕਾਸਿਮ ਦੀ ਲਾਸ਼ ਨਹੀਂ ਆਈ। ਲਫ਼ ਸਮਝ, ਮੈਂ ਜੋ ਪੂਰੀ ਰਾਤ
نماز حاجت پڑھدی رہی ہاں میرے سجدہ شکر چ دیر پئی ہوندی اے ہائے 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 بابا جی میرے سجدہ شکر چ دیر پئی ہوندی اے آئے ہائے ہائے ایسی ہاں ماما میرے سجدہ شکر چ دیر پئی ہوندی اے دیر پئی ہوندی اے پتہ کر شریعت دا برکہ پا کے آئیے ماں یاد کیتی ہن خیمے دے باہر آ کے بہ گئے اندر نہیں گیا ڈر دے ماں ڈٹھے نہ لک ڈٹھی کھڑی ہاں ہن ماں نے جڑی اگلی گل کیتی ہے اجا جیندا ودیں تیاری کر تیاری کر تیاری کر اجا جیندا ودیں جڈا کہنا اجا جیندا ودیں ہاتھ جوڑ کے دا ماں پہرا دیندا رہے ہاں اجازت منگدا رہے ہاں لیکن چاچا اجازت نہیں دیندا اتھو تک کہ میرا استاد میرا چاچا عباس او گئے اپنے واسطے کہ کہیں کو نہ بھیج صرف میں نو ٹور انہاں نو میں بڑا اوکھا پالے انہاں نو میں بہو اوکھا پالے تے انہاں نو میں موتاں واسطے نہیں پالیا کسے نو بھیجن دی لوڑ نہیں میں نو بھیج او کوئی اجازت نہیں ملی اکبر بھرا گیا نہیں ملی نال میں گیا نہیں ملی عباس نو آ دئی میں تینوں کیویں ٹوراں تیرے مان تے میری بھیڑی ٹور آئیاں اکبر تینوں میری بہن نے اوکھا پا لے تواڈے ٹورن نال نقصان ہو دن اما مینوں ایتھے موقع مل گیا میں جلدی دے نال اے نکا جیا اماما لہا کے نا اپنے چاچے دے قدماں تے ہاتھ کے تے انجے ہاتھ جوڑ کے آکھن تو کریم اے دیکھو نا غازی چاچے ٹورن نال نقصان چونکہ تواڈی کمر دا زور ہے کمر دا زور ترٹ دے ٹھیک ہے اکبر بھیرا دے ٹورن دے نال بڑا وڈا نقصان ہے شبیہ رسول ہے تے مینوں ٹورنا میں یتیماں میرے ٹورن دے نال کوئی نقصان نہیں ہوندا جڑا میں آکھے نا کوئی نقصان نہیں ہوندا ترائے وار اٹھے ہے تے بیٹھے تے منہ چم کے آدھے تیرے ٹورن دے نال میرے دو نقصان ہوندے ن ایک میرے بھرا دا دروازہ بند ہوندا دوجا میری دھی بیوہ ہوندی ہے اللہ اکبر تیاری کر دے آؤ تیار یہ حق بند ہے یہ حق بند ہے دیکھے ہر حق آخر تک ہر حق جی آخر تک ہر حق وس پئی ہے تیاری کر دے آؤ میں پڑھدا ساں تیاری کر دے آؤ میرے ٹورن نال کوئی نقصان نہیں تے مینوں آدھا ہی نہ دو گھر برباد ہوندے تینوں ٹردا ویدا مینوں حسن نظر آندا ہے تینوں ٹردا دہدا مینوں حسن نظر آندا ہے بی بی آکھیا او تے بڑا وڈا کریم ہے ایک گل ذہن چ رکھنی ہے انصار وچو پہلا شہید علی بن حر ہاشمیہ چ پہلا شہید علی اکبر جو مکمل تاریخ ہے یہ گل ذہن چ راوے ٹھیک ہے ہن جا میرا لال عباس نو نال لے اس اس طریقے دے نال عباس کو نال گن کے تے معصومیت دے معصوم تے تسے قرآن نو علی اصغر نو ہتھاں تے چایا سی انہاں نال لا کے نہ انہاں نو میلا بنا کے چاچے دے کول آئے سلام کر کے دا چاچا میری ماں شہید دی ماں بننا چاہندی ہے اس میں نو بڑا اوکھا پا لے غازی چاچا میرا استاد بھی یہ چاچا تے پیو ہے تے علی یہ اپنے دور دا تساں اپنے دور دے محمد ہو اصغر دی تستا واسطے میں نو خالی نہ والا تیاری کرنی ہے تیاری کرنی ہے بسم اللہ کراں بھائی جان لکھ وار اصغر دی تستا واسطے اجازت دے حسین انہاں سارے نو نال لے کے بھر جائی ماں دے خیمے آئے انجے اٹھی ہے بسم اللہ حسین بہو نا بھر جائی اماں پتہ میں تواڈے کول کیوں آیا قاسم ہے نا
ਇਹ ਮੇਰੇ ਕੋਲੋਂ ਇਜਾਜ਼ਤ ਮੰਗਦਾ ਜੋ ਮੈਨੂੰ ਮੌਤ ਦੀ ਇਜਾਜ਼ਤ ਦੇ, ਇਹਨਾਂ ਦਾ ਮੇਲਾ ਬਣਾ ਕੇ, ਮੈਂ ਇਹਨਾਂ ਨੂੰ ਨਾਲ ਲੈ ਕੇ ਮੇਲਾ ਬਣਾ ਕੇ ਤੇਰੇ ਕੋਲ ਆਇਆ, ਆਖਣਾ ਹੀ ਕੋ ਮੇਰੇ ਕੋਲੋਂ ਇਜਾਜ਼ਤ ਨਾ ਮੰਗੇ। ਹੁਣ ਇੱਕ ਮੈਂ ਗੱਲ ਕਰਨ ਲੱਗਾ, ਫਿਤਰੀ ਤੌਰ 'ਤੇ ਹਰ ਬੰਦਾ ਉਹ ਬੈਠਿਆ ਜਿਸ 'ਤੇ ਗਰ ਧੀ ਹੈ ਜਾਂ ਭੈਣ ਹੈ। ਸੱਜਾ ਤਾਂ ਵਰਜਾਈ ਮੈਨੂੰ ਤੂੰ ਦੱਸ, ਕੋਈ ਬੰਦਾ ਧੀ ਰੋਂਦੀ ਵੇਖ ਸਕਦਾ ਹੈ? ਕੋਈ ਸ਼ਰੀਫ ਰੋਂਦੀ ਧੀ ਵੇਖ ਸਕਦਾ ਹੈ? ਸੱਦੇ ਗੱਲ ਸੁਣ ਕਾਸਿਮ, ਗੱਲ ਸੁਣ ਜੀ, ਆਪਣੇ ਬਾਜ਼ੂ ਨਾਲ ਉਹ ਤਾਵੀਜ਼ ਖੋਲ ਜਿਹੜਾ ਟੁਰਦਿਆਂ ਤੇਰੇ ਬਾਬੇ ਦਿੱਤਾ ਹਾ, ਤਾਵੀਜ਼ ਖੋਲੇ ਮਾਂ ਨੂੰ ਦਿੱਤਾ ਹੈ, ਇੰਜ ਹੱਥਾਂ 'ਤੇ ਪੇਸ਼ ਕੀਤਾ ਹੈ। ਹੁਸੈਨ ਕਿਆ ਡਿੱਠੇ, ਹੁਸੈਨ ਵੇਖਿਆ ਅਤੇ ਹਸਨ ਇਮਾਮ ਲਿਖਾ ਹੋਏ, ਹੁਸੈਨ ਤਹਿਰੀਰ ਪੜ੍ਹਨ ਲੱਗਾ ਮੈਂ, ਹੁਸੈਨ ਮੈਂ ਤੇਰਾ ਵੀਰ ਹਸਨ ਆਪਣੇ ਹੱਥ ਨਾਲ ਪਿਆ ਲਿਖਦਾ, ਖੂਨ ਦੀ ਇੱਕ ਉਲਟੀ ਮੇਰੇ ਕੋ ਆ ਚੁੱਕੀ ਹੈ ਤੇ ਕੰਬਦੇ ਹੋਏ ਹੱਥਾਂ ਨਾਲ ਇਹ ਆਪਣੇ ਜਿਗਰ ਦੇ ਖੂਨ ਦੇ ਨਾਲ ਇਹ ਮੈਂ ਪਿਆ ਲਿਖਦਾ, ਜੇ ਕਦੇ ਮੇਰਾ ਯਤੀਮ ਤੇਰੇ ਕੋਲੋਂ ਕੋਈ ਸ਼ੈ ਮੰਗੇ ਨਾ ਤੇ ਇਹ ਖਾਲੀ ਵੱਲਣ ਵਾਲੀ ਦਾ ਪੋਤਾ ਹੀ, ਇਹ ਕੋ ਖਾਲੀ ਨਾ ਵਲਾਵੇਂ। ਮੈਨੂੰ ਸਾਦਾਤ ਦੀ ਕਸਮ ਹੈ, ਹੁਸੈਨ ਨੇ ਖੱਤ ਬੰਦ ਕੀਤਾ ਹੈ, ਚੁੰਮਿਆ ਹੈ, ਹਾਂ ਨਾਲ ਲਾ ਕੇ ਜ਼ਬਾਨ ਨਾਲ ਨਹੀਂ ਆਖਿਆ, ਇਸ਼ਾਰਾ ਕਰਕੇ ਆਦਾ ਟੁਰ ਜਾ, ਹੁਣ ਮੈਂ ਨਹੀਂ ਰੁਕੇਦਾ। ਇੱਥੋਂ ਤੱਕ ਤਾਂ ਮੈਂ ਗੱਲ ਕੀਤੀ ਹੈ ਨਾ, ਹੁਣ ਖਾਸ ਕਰ ਮੇਰੀਆਂ ਭੈਣਾਂ, ਮੇਰੀਆਂ ਮਾਵਾਂ ਅਤੇ ਮੇਰੀਆਂ ਧੀਆਂ ਅਤੇ ਮੇਰੇ ਚਿੱਟੀਆਂ ਡਾੜੀਆਂ ਵਾਲੇ ਬਜ਼ੁਰਗ ਜਿਹੜੇ ਹੋ, ਜਿਨ੍ਹਾਂ ਦੇ ਘਰ ਧੀਆਂ ਨੇ, ਉਹ ਜ਼ਰੂਰ ਹੁਣ ਮੈਡੋ ਲਿਖਾਏ, ਇਜਾਜ਼ਤ ਮਿਲ ਗਈ, ਤਿਆਰ ਤਾਂ ਪਹਿਲੇ ਆਈ, ਪਹਿਰਾ ਜੋ ਰਾਤ ਦਿੰਦਾ ਰਹੇ, ਆਦਾ ਰਿਹਾ ਕੋਈ ਡੇ ਨਾ ਆਵੇ, ਹਸਨ ਦੇ ਯਤੀਮ ਦਾ ਪਹਿਰਾ ਹੈ, ਹੁਣ ਤਿਆਰੀ ਕਰੀ। ਹੱਥ ਨੱਪ ਲਏ ਮਾਂ ਨੇ, ਇੰਜ ਹੱਕਲ ਮਾਰ ਕੇ ਆਦੀਏ, ਸਭ ਤੋਂ ਪਹਿਲੇ ਰਾਤ ਦੀ ਪਰਨੀ ਤੋਂ ਇਜਾਜ਼ਤ ਲਏ, ਉਕੂ ਮਿਲ, ਉਹ ਯਾਰ ਮੈਂ ਆਪ ਜੀਆਂ ਵਾਲਾ ਹਾਂ, ਪਹਿਲੇ ਉਕੂ ਮਿਲ, ਹੁਣ ਪਤਾ ਨਹੀਂ ਕਿਹੜੀ ਆਖੇ ਜਿਹੜੀ ਤਰੀ ਨਾ, ਜਿਹੜੀ ਰੋ ਨਾ ਸਕੀ, ਜਿਹਦਾ ਵਜ਼ੂ ਨਾ ਹੋਇਆ, ਹੱਥ ਨੱਪ ਕੇ ਲੈ ਆਈਏ, ਬੈਠੀ ਹੈ ਨਾ ਹੁਸੈਨ ਸਰਦਾਰ ਦੀ ਇੱਜ਼ਤਦਾਰ ਦੀ, ਸ਼ੌਹਰ ਨੂੰ ਆਂਦਾ ਵੇਖ ਕੇ ਇਸਤਕਬਾਲ ਦੇ ਵਾਸਤੇ ਉੱਠੀਏ, ਅੱਲਾਹ ਅਕਬਰ, ਦੋਵੇਂ ਹੱਥ ਮੱਥੇ ਤੇ ਲਾ ਕੇ ਆ ਦੀਏ, ਕਨੀਜ਼ ਦਾ ਸਲਾਮ, ਜਦ ਆਖਿਆ ਨਾ ਕਨੀਜ਼ ਦਾ ਸਲਾਮ, ਕਾਸਿਮ ਦੀਆਂ ਡਾਹੀ ਨਿਕਲ ਗਈਆਂ, ਹੱਕਲ ਮਾਰ ਕੇ ਆ ਦਿਨ, ਚਾਚੇ ਜਾਈ ਮੈਂ ਪਿਆ ਵਹਿਦਾ ਮੈਦਾਨ, ਮੈਂ ਆਪਣੇ ਪਾਕ ਚਾਚੇ ਤੋਂ ਕੁਸਣੇ, ਹੱਥ ਜੋੜ ਕੇ ਹੁਸੈਨ ਦੀ ਧੀ ਦੇਗਾ, ਮੈਂ ਤੈਨੂੰ ਮੌਲਾ ਦਾ ਵਾਸਤਾ ਦੇਸਾਂ, ਹੁਣ ਖਿਆਲ ਆਸੇ ਪਾਸੇ ਨਹੀਂ ਕਰਨਾ, ਤੂੰ ਮੌਜਾ ਤਾਂ ਵੇਖ ਮੇਰੇ ਮੁਰਸ਼ਦ ਦਾ, ਮੌਜਾ ਤਾਂ ਵੇਖੋ ਮੇਰੇ ਪਾਕ ਇਮਾਮ ਦਾ। ਇਸ ਤਰੀਕੇ ਦੇ ਨਾਲ ਹੱਥ ਜੋੜ ਕੇ ਆਦੀ, ਚਾਚੇ ਜਾਇਆ ਕੋਈ ਗੱਲ ਨਹੀਂ, ਮੈਂ ਇੱਕ ਮਸ਼ਵਰਾ ਦੇਵਾਂ, ਆਦਿਨ ਕਿਹਾ ਮੈਂ ਆਪਣੇ ਬਾਬੇ ਕੋ ਆਖਦੀ ਹਾਂ, ਮੇਰਾ ਬਾਬਾ ਹੁਸੈਨ ਹੈ ਬੜਾ ਕਰੀਮ, ਅਸਾਂ ਮਾਂ ਨੂੰ ਨਾਲ ਲੈ ਕੇ, ਤੁਹਾਡੀ ਪਾਕ ਅੰਮਾ ਨੂੰ ਨਾਲ ਲੈ ਕੇ ਅਸਾਂ ਵਤਨਾਂ 'ਤੇ ਵਹਿੰਦੇ ਹਾਂ, ਠੀਕ ਹੈ, ਮੇਰਾ ਬਾਬਾ ਨਾਰਾਜ਼ ਨਹੀਂ ਆਉਂਦਾ, ਮੇਰਾ ਬਾਬਾ ਬੜਾ ਕਰੀਮ ਹੈ। ਆਦਿਨ ਨਹੀਂ, ਮੇਰੀ ਮਾਂ ਦੀ ਹਸਰਤ 'ਤੇ ਜੋ ਮੈਂ ਸ਼ਹੀਦ ਹੋਵਾਂ, ਹੈਂ ਤੇਰੇ ਨਾਲ ਜਿਹੜੀਆਂ ਮੈਂ ਚੰਦ ਗੱਲਾਂ ਕਰਨ ਆਇਆ, ਇਹ ਜ਼ਿਹਨ 'ਚ ਰੱਖੇ, ਮੇਰੀ ਮਾਂ ਏ ਬੁੱਢੜੀ, ਮੇਰੀ ਮਾਂ ਏ ਜ਼ਈਫ, ਇਸ ਮੈਨੂੰ ਬੜਾ ਔਖਾ ਪਾਲੇ, ਇਸ ਮਾਂ ਨਹੀਂ ਪਿਓ ਬਣ ਕੇ ਪਾਲੇ, ਹੈਂ ਮੈਂ ਇਮਾਮ ਦਾ ਪੁੱਤਰ ਹਾਂ, ਇਮਾਮ ਦਾ ਪੋਤਾ, ਇਮਾਮ ਦਾ ਭਤੀਜਾ, ਮੈਂ ਹਰ ਗੱਲ ਨੂੰ ਜਾਣਨਾ, ਅਸਾਂ ਸਾਰਿਆਂ ਕੁਛ ਵੰਜਣਾ, ਮੇਰਾ ਚਾਚਾ ਹੁਸੈਨ ਕੁਛ ਵੈਸੀ, ਚਾਚਾ ਗਾਜ਼ੀ ਲਹਿ ਵੈਸੀ, ਸਾਡੇ ਬਾਅਦ ਤੁਸਾਂ ਕੈਦ ਹੋ ਕੇ ਸ਼ਾਮ ਵੰਜਣਾ, ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦਾ, ਕਿਹੜਾ ਬੰਦਾ ਜਿਸ ਦੀ ਅੱਖ ਨਾ ਤਰੇ, ਮੈਂ ਹੋਰ ਕੁਝ ਨਹੀਂ ਮੰਗਦਾ, ਇੱਕ ਮਿੰਨਤ ਲਾਵੇਂ, ਮੇਰੀ ਮਾਂ ਏ ਬੁੱਢੜੀ, ਮੇਰੀ ਮਾਂ ਏ ਜ਼ਈਬ, ਬਾਜ਼ਾਰ ਦੇ ਸ਼ਾਹ ਵਿੱਚ ਬੇਗੈਰਤ ਲੋਕਾਂ ਦਾ ਹੋਵਣ ਹੈ ਰਸ਼, ਬਸ ਉਸ ਮਕਾਮ 'ਤੇ ਮੇਰੀ ਮਾਂ ਦਾ ਹੱਥ ਨੱਪ ਕੇ ਆ ਬਾਜ਼ਾਰ ਅਬੂਰ ਕਾ।
بازار عبور چا کروامیں. بس شریفو گھوڑے نو سدے گھوڑے تے چڑھنا س آدیاں وین دے قریب جڑے وین دے واسطے میں گل کردا ہونا انہاں بزرگاں دے لکھے ہوئے وین اکا بند پڑھنے بعد چ میں وین پڑھنے کہ جڑے لوگ قبر اچ سم گئے شاہ جی یہ حقیقت او مصلیاں تے بہ کے لکھ دے ہیں اور انہاں لوگاں دی یہاں روحاں موجود ہیں. ٹھیک ہے آؤ سر چاؤ ایک گل نال مینوں اختلاف ہے شاید کسی نو اچھی نہ لگے لیکن میں کردہ ضرور ہاں کچھ لوگ آدھے نہ کسی معصوم دی روح آ گئی ہے نہ روح آمرے اے اول الامرے اے آپ موجود ہوں دن اے آپ آن دن اے آپ موجود ہوں دن روح تا آمرے اے اول الامرے اے آپ موجود ہوں دن. ٹھیک ہے اے آپ موجود ہیں آؤ ہون میں تو دیکھو ہون میں مسائب شروع کرنا چاہنا تمہیدی گلہ میں ختم کر دیتی ہیں میں وین تے آ گیا گھوڑا سڑے گھوڑے تے چڑھا منے کوئی یاد یہ میں چڑھا ماں کوئی یاد ہے 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 میں چڑھا ماں کوئی بی بی یاد یہ میں چڑھا ماں چار سال دی معصومہ آدھی ہے اوکھی تا ہو سا میں چڑھا ماں میں نو پیر تا چامنے پوسن لیکن میں چڑھا ماں آدن ہٹ جا حسین آپ اٹھن رکاب چ ہاتھ رکھے آدھے نہ میں چڑھاواں قدمہ تے ہاتھ رکھ کے آدھے چاچے پیو ہوں دن میں برداشت نہیں کر سکدا پگ کھل گئی ہے حسین دی حکل مار کے آدھن آج تو حسن بن کے گھوڑے تے چڑھ او میں حسین یار چد بندی اجا تک شرم پہ کر دن یا میں سمجھا نہیں پیا سکدا یا میں سمجھا نہیں پیا سکدا آ میں چڑھاواں بس قبلہ قرآن گھوڑے تے چڑھے ہے قرآن گھوڑے تے چڑھے ہے یا پاک سین نے قاسم دی عزت دار اممہ نے پاک بطول دی عزت دار نوح نے انجے گھوڑے تے جبوے چا ہاتھ پائے تے بی بی انجے پھرے ڈٹھے سہنے ہر پاسے تیاری کرو سارے عزتدار ہر پاسے ڈٹھے سارے نظر آئین عباس کوئی نہیں جڈاکن عباس کوئی نہیں حکل ماریس عباس باہر آلے دروازے تو آئی آواز بولن دو یہ میں دروازے تے بیٹھا رونا تے اندر کیوں نہیں آدھا آدھے اندر کیوے آمہ آلیہ ودی رو دیئے او میں اوندہ رومن برداشت پتھران دے دلین جڑے بندیانو ہونتا کہ رومن نہیں پہ آدھا بھائی بزرگو میرے بزرگو اے ضروری ہے شجی ضروری ہے میں اریان کر کے مکمل پڑھ دے وہاں راضی آدھے اندر کی ویاماں آلیہ دے وین بولا دے پائے ہوں دے لے تے میں پکھیانو فرشتیانو اپنی پاگلہ ہا کے پیادہ پردہ کرو دور چلے جاؤ کوئی آلیہ دی آواز نہ سن گھنے اللہ بھاں وستے رہو راضی اندر آ عباس اندر آئین جڑے والے عباس اندر آئین نا گوڑا قریب آئے انجھے دیکھ کیا دی غازی یہ تیرا شاگرد ہے استاد دی دعا تاثیر ہوں دیئے تو استاد ہیں تو دعا ایک تا ہی دا چاچا ہیں دوسرا ہی دا استاد ہیں دعا کرنا اے میدان جا رہے ہیں بی بی آدھی ہے دعا کر تے غازی دیاں ڈھائی نکل دیاں غازی نہیں سنی چاند بندی آئے گال بھائی پایا دینے جال حسین بی بی انجا کھائے ایک چاچہ ہیں ایک استاد ہیں تے دوسرا اے یتیم ہے اللہ اکبر یا سیدہ اے یتیم ہے تے غازی اچھا رون دے جلے والے غازی اچھا رون دے حسین دے بسم اللہ بہت بڑے عالم آگئے دکھائے میڈو میں تھوڑا جہور پڑھنے دکھائے میڈو
دوسرا اے یتیم ہے، دعا کرتے غازی روندا ہے، عباس دعا تا کرنا، غازی یاد ہے برجائی تسا مہربانی کرو، بی بی تسا مہربانی کرو، تسا جان دے نہیں میں انہاں نوں کتنا اوکھا پالیا ہے، ہیں تسا آکھو چاہنا مولا نوں انہاں نوں نہ ٹورے مینوں ٹورے، میں وینا میں انہاں نوں موتاں واسطے نہیں پالیا، بس گل مک گئی، سلام کیتا قمی صاحب تشریف لین، آؤ ہون میڈو دیکھو میدان چاہے جنگ لڑنی شروع کیتی ہے، وین تے آ گیا، ایڈی جنگ کیتی ہے تسے یتیم نے، لاشاں دے ڈھیر لگ گئے، ارزق شامی حرامی، سارے بے شمار کرو، لعنت بے شمار، سات پتر دے مارن، میں نے مولا دی قسم ہے غازی روندا وی ہے تے ٹبیاں تے دوڑ دوڑ کے نال ہکلا مار کے آدھا، ہون ایویں کر ہون ایویں کر ہون ایویں کر ہون ایویں کر، حسین کھڑے دے دن جی کرا، ہون ایویں کر، ہون جڑے بندیاں بے تحاشا ماتم کرنے، ڈاکٹر صاحب کوئی بندہ کوئی عزادار قابو نہیں پا سکدا، اپنے دل تے یا اپنی اکھ تے یا اپنے ہاتھ تے، میں بازار شام میں ٹر ٹر کے ماتم کر کر کے پنیا ہوئے، میں نو علما دی قسم ہے ارزق شامی بے غیرت نو پتہ لگ گئے، سات پتر مارے گئے، اس کتے شراب پیتی ہے نشج بے ہوش ہو کے تلوار چاہ کے انجے بھویندہ ہویا دوڑے آئے، جڑے ویلے میدان چاہے عباس تبے تو لہ پہ آئے، انجے حسین دے قدماتے متھا مار کے آدھے ہون میں نو بھیج، اوہ وڈا ظالم اے، او میرا نکا جے لال اے، اوہ بڑا وڈا ماتم کر ماتم کر ماتم کر، اے بڑا وڈا بے غیرت اے، اللہ اکبر اللہ اکبر اللہ اکبر، اب بس میرے لفظ نہیں، انہاں رل کے حملہ کیتا ہے، انہاں رل کے حملہ کیتا ہے، کوئی تلوار کوئی تیر کوئی پتھر، ایک لفظ آکھا ہر پاسوں وارن حسن دی زخمی تصویر، ہوا چ اڑ دی ودیے تے ہر ساد باد آدھے اما پتر تے راضیے، اللہ بھامے بستے رہو، اما پتر تے ہونتا راضیے، آؤ زیدی صاحب مرہوم سوا پہنچے انہ دے لفظن، وہ آدھے ان زین تے ہا قاسم ہا زمین تے آیا ہے تقسیم ہو گیا ہے، آئے ہائے آئے ہائے زمین تے آیا ہے تقسیم ہو گیا ہے، کی میں لتھا ہے، آؤ حسین جڑے ویلے میدان چاہے نہ تے گھوڑے دوڑ گئے، حسین میدان چاہ کے حقل ماریے، لال میں تیرا زخمی تے بڑھڑا چاچا ہاں، میں نو جواب دے، جڑا کیا جواب دے، آؤ وین پڑھنا چاہنا، شہباز حسینی او لشکر دا جڑا لہ پہ افاؤ او جو چارے مظلوم دے پہو جڑ تو پہلے وہ گائے کھل بی بی اے 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 دیوا، بسم اللہ جی سر چاہو جی 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 حوصلے نال جی بابا، مظلوم جب چڑھ تو پہلے وہ گئے کھلے بی بی اے دیوا، کرو ماتم کرو ماتم، وہ تو کہت لتا ہے میں گنے لب دا، وہ جتی حق لبت ہو وہ لگ اللہ، ایک بار میں نہ رکھو آواز آیا میں کنا آلہ بچا چا
ਮੈਂ ਹਾਂ ਸੁੰਬਾ ਹਾਏ ਆਓ ਮੈਂ ਲਸਾ ਹੁਣ ਤੱਕ ਜਿਸ ਦੇ ਵਾਸਤੇ ਅੱਛਾ ਓ ਤੂੰ ਕਹਿਤਲ ਤੇ ਮੈਂ ਕੋ ਨਹੀਂ ਲੱਭਦਾ ਦਿੱਤੀ ਹੱਕਲ ਬਤੂ ਓ ਲਦਲਾ ਏ ਅਲੀ ਕਾਸਮ ਦਾ ਸਹਿਰਾ ਏ ਅਲੀ ਕਾਸਮ ਦਾ ਕਫਨ ਏ ਏ ਸ਼ਾਦੀ ਵਾਲਾ ਜੋੜਾ ਓ ਤੂੰ ਕਹਿਤਲ ਤੇ ਮੈਂ ਕੋ ਨਹੀਂ ਲੱਭਦਾ ਕਰੋ ਮਾਤਮ ਕਰੋ ਮਾਤਮ ਬਿਸਮਿਲ੍ਲਾ ਜੀ ਤੂੰ ਕਹਿਤਲ ਤੇ ਤੂੰ ਕਹਿਤਲ ਤੇ ਮੈਂ ਕੋ ਨਹੀਂ ਲੱਭਦਾ ਏ ਓ ਮੈਂ ਵੀ ਏ ਤੁਸਾਂ ਪਾਣੀ ਦੇ ਨਾਲ ਲੋਈਏ ਤੁਸਾਂ ਖੁਸ਼ ਨਸੀਬ ਹੋ ਕਰਬਲਾ ਦੇ ਵਿੱਚ ਪਾਕ ਜਨਾਬੇ ਕਾਸਿਮ ਦੀ ਮਾਂ ਆਸੂਆਂ ਦੇ ਨਾਲ ਹੰਝੂਆਂ ਦੇ ਨਾਲ ਮਹਿੰਦੀ ਲਾਉਂਦੀ ਰਹੀ ਹੈ ਤੇ ਰੋ ਰੋ ਕਹਿ ਰਹੀ ਅੱਲਾ ਮੈਂ ਗਰੀਬ ਓ ਯਾਰ ਦੇਖੋ ਇਹ ਓ ਭਾਗੇ ਤੁਸਾਂ ਤਾਂ ਲੈ ਆਇਓ ਲੇਕਿਨ ਕਰਬਲਾ ਦੇ ਵਿੱਚ ਨਸੀਬ ਕੋਈ ਨਹੀਂ ਤੇ ਓ ਸਹਿਰਾਏ ਓ ਸਹਿਰਾਏ ਜਿਹੜਾ ਟੁਕੜੇ ਟੁਕੜੇ ਥੀ ਗਏ ਉਹ ਜਹਦੇ ਤੇ ਘੋੜੇ ਦੌੜ ਗਏ ਤੇ ਆ ਤੇਰੇ ਨਸਾ ਫਾਮਾਲ ਕਰ ਅੱਲਾਹ ਅਕਬਰ ਅੱਲਾਹ ਅਕਬਰ ਇੱਕ ਵਾਰੀ ਇਸ ਨੂੰ ਚਾਹ ਕੇ ਇੱਥੇ ਰੱਖੋ ਇੱਕ ਵਾਰੀ ਮੌਲਾ ਦੇ ਸਪੁਰਦ ਕਰੋ ਆਓ ਕਫਨ ਇੱਥੇ ਰਹਿਣ ਦੇ ਇੱਥੇ ਲੈ ਰੱਖੋ ਹਰ ਸ਼ੈ ਹੌਸਲਾ ਕਰ ਹੁਣ ਮੈਂ ਜੋ ਲਿਖਿਆ ਹੈ ਹੁਣ ਮੈਂ ਜੋ ਲਿਖਿਆ ਹੈ ਬਸ ਹੁਣ ਮੈਂ ਜੋ ਲਿਖਿਆ ਹੈ ਬਸ ਕੋਈ ਲਾਸ਼ ਦਾ ਟੁਕੜਾ ਉਸ ਪਾਸੇ ਉੱਠੇ ਤੇਰੀ ਅੱਖ ਤੇ ਵਾਜਬ ਹੈ ਹੁਣ ਮੈਂ ਜੋ ਦੇ ਇਸ ਤਰੀਕੇ ਦੇ ਨਾਲ ਕੋਈ ਟੁਕੜਾ ਉਸ ਪਾਸੋਂ ਮੈਂ ਇੱਥਾਂ ਮੈਂ ਇੱਥਾਂ ਮੈਂ ਇੱਥਾਂ ਹੁਸੈਨ ਚੌਧਾਰੋਂ ਡਿੱਠੇ ਆਪਣੀ ਅਬਾ ਦਸਤਾਰ ਲਹਾ ਕੇ ਇੰਜ ਬੰਨੀਏ ਝੋਲੀ ਬਣਾ ਕੇ ਬੈਠੇ ਜਿਗਰ ਦੇ ਨਾਲ ਲਾਇਨ ਤਿਆਰੀ ਕਰ ਜਿਗਰ ਦੇ ਨਾਲ ਲਾਇਨ ਫਿਰ ਆ ਦੇ ਟੁਕੜੇ ਕੰਨ ਪਿੱਛੇ ਨਹੀਂ ਫਿਰ ਆ ਦੇ ਜਿਗਰ ਦੇ ਟੁਕੜੇ ਜਿਗਰ ਦੇ ਨਾਲ ਲਾ ਕੇ ਬਾਬਾ ਜੀ ਅਜੇ ਦੋ ਕਦਮ ਨਹੀਂ ਤੁਰਿਆ ਹੁਸੈਨ ਦਾ ਵਾਸਤਾ ਹੁਣ ਮੈਂ ਜੋ ਲਿਖਿਆ ਅਜੇ ਦੋ ਕਦਮ ਨਹੀਂ ਤੁਰਿਆ ਇੱਕ ਕਾਲੇ ਬੁਰਕੇ ਵਾਲਾ ਜਵਾਨ ਹੈ ਜਿਹੜਾ ਇਹਦਾ ਗਾਣੇ ਵਾਲਾ ਹੱਥ ਹੈ ਆਦਾ ਤੂੰ ਕੌਣ ਹੈ ਅਗੋ ਆਵਾਜ਼ ਨਬੀਆਂ ਦਾ ਮੁਸ਼ਕਲ ਕੁਸ਼ਾ ਮੈਂ ਤੇਰਾ ਬਾਬਾ ਅਲੀ ਆ ਸੈਯਦਾ ਦਾ ਬਾਬਾ ਨਬੀ ਤਾਂ ਮਦਦ ਮੰਗਦੇ ਰਹੇ ਓ ਬਾਬਾ ਮੈਂ ਮਦਦ ਮੰਗੀ ਇਹ ਵੇਖੋ ਨੀ ਮੌਜਾ ਇਹ ਵੇਖੋ ਨੀ ਕਲੀ ਕਬਾਲ ਮਾਤਮ ਵੀ ਕਰ ਦੇਣ ਤਾਂ ਰੋਂਦੇ ਵੀ ਪੈਣ ਇਹ ਮਾਸੂਮ ਬੱਚਿਆਂ ਦਾ ਹਾਲ ਵੇਖੋ ਬਾਬਾ ਮੈਂ ਮਦਦ ਮੰਗੀ ਤਾਂ ਨਹੀਂ ਓ ਬਾਬਾ ਮੈਂ ਹੁਸੈਨ ਇਹ ਵੇਖੋ ਲਿਖਾ ਜਿਹਾ ਬਾਲ ਨਾ ਮੂੰਹ ਤੇ ਮਾਤਮ ਵੀ ਕਰਦਾ ਹੈ ਉਹ ਮੇਰਾ ਲਾਲ ਮੈਂ ਦੁਆ ਪਿਆ ਕਰੇ ਨਾ ਤੂੰ ਭੈਣਾਂ ਨੂੰ ਨਸੀਬ ਹੋਵੇਂ ਤੂੰ ਸਮਾਵਾਂ ਨੂੰ ਨਸੀਬ ਹੋਵੋ ਬਸ ਕੀ ਬਲਾ ਆਓ ਲਿਖਾ ਮੈਂ ਡੋ ਹੁਸੈਨ ਘਿਨੈਨ ਗੱਠੜੀ ਚਾਹ ਕੇ ਇਸ ਤਰੀਕੇ ਦੇ ਨਾਲ ਗੱਠੜੀ ਚਾਹ ਕੇ ਹੁਸੈਨ ਹਾਂ ਨਾ ਲਈ ਹੋਈਏ ਆ ਕੇ ਖੈਮੇ ਚ ਰੱਖੀਏ ਨਾ ਤੇ ਪਤਾ ਲੱਗੇ ਤੇ ਵਹਿਣ ਬੁਲੰਦ ਹੋਏ ਹੁਸੈਨ ਦੀ ਧੀ ਜਿਹੜਾ ਵਹਿਣ ਕੀਤਾ ਉਹ ਮੈਂ ਵਹਿਣ ਪੜਨਾ ਚਾਹਨਾ ਰੋ ਕੇ ਗੱਲ ਕਰੀ ਆਦੀਏ ਮੈਂ ਜਬਨ ਰੱਖੋ ਸਗੈ ਮੈਂ ਬੇਵਾ ਥਈਆ ਮੈਂ ਜਬਨ ਰੱਖੋ ਸਗੈ ਮੈਂ ਬੇਵਾ ਥਈਆ ਮੈਂ ਜਬਨ ਰੱਖੋ ਸਗੈ ਮੈਂ ਬੇਵਾ ਥਈਆ ਮੈਂ ਜਬਨ ਰੱਖੋ ਸਗੈ
ਨਾ ਦੇਖੋ ਹਰ ਜੀ ਹੈ ਵਸਦੀ ਮੈਂ ਲੁੱਟੀ ਗਈ ਆਂ ਯਾ ਸੈਯਦਾ ਯਾ ਸੈਯਦਾ ਮੈਂ ਬੇਵਥਈਆਂ ਮੈਂ ਜਪਣ ਰੱਖ ਸੀ ਹੋਏ 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 ਬੇਵਥਈਆਂ ਹਰ ਜੀ ਹੈ ਵਸਦੀ ਮੈਂ ਲੁੱਟੀ ਗਈ ਆਂ ਜਦ ਵੇਲੇ ਕਿਬਲਾ ਹੁਸੈਨ ਦੀ ਧੀ ਵਹਿਣ ਕੀਤਾ ਹੈ ਨਹੀਂ ਬਰਦਾਸ਼ਤ ਕਰ ਸਕਦੇ ਤੁਸਾਂ ਜਦ ਵੇਲੇ ਹੁਸੈਨ ਦੀ ਧੀ ਵਹਿਣ ਕੀਤਾ ਹੈ ਪਾਕ ਬਤੂਲ ਦੀ ਆਵਾਜ਼ ਆਈ ਹੈ ਮੈਂ ਜੋ ਦੇਖ ਮੈਂ ਤੇਰੀ ਡਾਡੀ ਆਂ ਮੈਂ ਜੋ ਦੇਖ ਤੂੰ ਤਾਂ ਖਿਆਮ ਦੇ ਵਿੱਚ ਆਵੇਂ ਤੂੰ ਤਾਂ ਖਿਆਮ ਦੇ ਵਿੱਚ ਆਵੇਂ ਰੋ ਕੇ ਗੱਲ ਕਿਹੜੀ ਆਦੀ ਹੈ ਮੈਂ ਸਹਿਰ ਆਵਾ ਲਾ ਸੋਹਣਾ ਬਚੜਾ ਮੈਂ ਸਹਿਰ ਵਾਲਾ ਸੋਹਣਾ ਬਚੜਾ ਪਾਮਾਲ ਥੀਂਦਾ ਖੁਦ ਦੇਹਦੀ ਰਹੀ ਆਂ ਜੀ ਬਿਸਮਿਲਲਾ ਮੈਂ ਸਹਿਰ ਆਵਾ ਲਾ ਸੋਹਣਾ ਬਚੜਾ ਮੈਂ ਸਹਿਰ ਆਵਾ ਲਾ ਸੋਹਣਾ ਬਚੜਾ ਪਾਮਾਲ ਥੀਂਦਾ ਖੁਦ ਦੇਹਦੀ ਆਓ ਹੁਣ ਮੈਂ ਜੋ ਦੇਖੋ ਜਿਹੜਾ ਬੰਦਾ ਹੁਣ ਤੱਕ ਮਾਤਮ ਨਹੀਂ ਕਰ ਸਕਿਆ ਮੈਂ ਤੇਰੀ ਅੱਖ ਦੀ ਜ਼ਮਾਨਤ ਪਿਆ ਦੇਣਾ ਮੈਨੂੰ ਮੌਲਾ ਦੀ ਕਸਮ ਹੈ ਪਾਕ ਇਮਾਮ ਬਿਠਾ ਕਾਸਮ ਦੀ ਮਾਂ ਦੀ ਹਾਲਤ ਮਰਨ ਵਾਲੀ ਹੋ ਗਈ ਹੈ ਇਸ਼ਾਰਾ ਕੀਤਾ ਹੈ ਜੀ ਭਾਈ ਜਾਨ ਮੈਨੂੰ ਇੱਕ ਵੈਨ ਪੜਨ ਦੇਵੋ ਵੱਤ ਸਾਰੇ ਮਾਤਮ ਕਰਦੇ ਆ ਮੈਂ ਆਪ ਮਾਤਮੀ ਆਂ ਵੱਤ ਰਲ ਕੇ ਤੁਹਾਡੇ ਨਾਲ ਇਮਾਮ ਜ਼ਮਾਨਾ ਵੀ ਮਾਤਮ ਪੈਕੇ ਰਹਿੰਦੇ ਨੇ ਇਮਾਮ ਮਾਲ ਮਾਤਮ ਪੈਕੇ ਰਹਿੰਦੇ ਨੇ ਉਠਾਇਆ ਹੈ ਕਾਸਿਮ ਦੀ ਮਾਂ ਨੂੰ ਸਹਾਰਾ ਦਿੱਤਾ ਹੈ ਤੁਰਦੀ ਵੀ ਜਾ ਰਹੀ ਹੈ ਤੇ ਪਿੱਛਾ ਮੁੜ ਕੇ ਗੱਠੜੀ ਦੋ ਇਸ਼ਾਰਾ ਕਰਕੇ ਆਦੀ ਅੱਛਾ ਲਾਲ ਕਾਸਿਮ ਰੱਬ ਦੇ ਹਵਾਲੇ ਅੱਛਾ ਲਾਲ ਕਾਸਿਮ ਹਾਏ ਅੱਛਾ ਲਾਲ ਕਾਸਿਮ ਰੱਬ ਦੇ ਹਵਾਲੇ ਅਫਸੋਸ ਦੇ ਹੱਥ ਮੈਂ ਮਲਦੀ ਪਈਆ ਅਫਸੋਸ ਦੇ ਹੋਏ 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 ਹੁਣ ਮੈਨੂੰ ਇਜਾਜ਼ਤ ਦੇਵੋ ਹੁਣ ਜਿਹੜੇ ਬੰਦੇ ਉੱਠ ਕੇ ਮਾਤਮ ਕਰਨਾ ਹੈ ਇੱਕ ਮਾਹੌਲ ਕਿਆ ਬਣਿਆ ਹੈ ਤੂੰ ਆ ਮੰਗਿਆ ਕਰ ਚੱਲ ਕਿਸੇ ਦੀ ਧੀ ਬੇਵਨ ਨਾ ਹੋਵੇ ਮੇਰੀ ਪਾਕ ਸਾਈ ਨੇ ਵੈਣ ਕੀਤਾ ਹੈ ਮੈਂ ਉਜੜ ਗਈ ਆ ਜ਼ਮਾਨੇ ਦੀਆਂ ਧੀਆਂ ਪਈਆਂ ਵਸਦੀਆਂ ਨੇ ਤੇ ਮੈਂ ਉਜੜ ਗਈ ਆ ਇਮਾਮੇ ਜ਼ਮਾਨਾ ਦੀ ਕਸਮ ਹੈ ਹੁਸੈਨ ਦੌੜ ਪਾਇਨ ਹੁਸੈਨ ਦੌੜਨ ਧੀ ਹੱਕਲ ਮਾਰੀ ਹੈ ਬਾਬਾ ਮੇਰੀ ਗੱਲ ਸੁਣ ਜਿਨ੍ਹਾਂ ਉੱਠ ਕੇ ਮਾਤਮ ਕਰਨਾ ਬਾਬਾ ਸ਼ਾਜ ਬਰਦਾਸ਼ਤ ਨਹੀਂ ਹੋ ਸਕਦਾ ਬਾਬਾ ਮੇਰੀ ਗੱਲ ਸੁਣ ਰੁਕ ਗਏ ਸਾਹਮਣੇ ਆ ਕੇ ਹੁਸੈਨ ਦੀ ਧੀ ਰੋ ਕੇ ਗੱਲ ਕਰੀ ਆ ਦੀ ਹੈ ਮੈਂ ਜੇ ਸਾਹਮਣੇ ਪੇ ਕੇ ਕੁਸ ਗਏ ਮੈਂ ਤੂੰ ਦੱਸ ਬਾਬਾ ਮੈਂ ਕਿੰਨਾ ਮੰਜਣ ਉਹ ਮੇਰੇ ਸਾਹਮਣੇ ਪੇ ਕੇ ਕੁਸ ਗਏ ਮੈਂ ਤੂੰ ਦੱਸ ਬਾਬਾ ਮਾਤਮ ਕਰੋ ਮਾਤਮ ਕਰੋ ਆਖੋ ਏ ਯਤੀਮ ਦੇ ਕਬਰ ਪੇ ਕੇ ਕਸ ਮਾਤਮ ਕਰੋ ਮਾਤਮ ਕਰੋ ਮਾਤਮ ਕਰੋ ਹੁਸੈਨ ਚਾਚ ਓ ਤੂੰ ਸ਼ਾਹ ਅਹਿਮਦ ਕਹਿ ਦਣ ਭਰ ਲਾਏ ਤੂੰ ਸ਼ਾਹ ਮਾਤਮ ਕਰੋ ਮਾਤਮ ਕਰੋ ਮਾਤਮ ਮਾਤਮ ਕਰੋ ਜੀ ਓ ਤੂੰ ਸ਼ਾਹ ਅਹਿਮਦ ਕਹਿ